ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵੀਆਂ 3 ਰੋਜ਼ਾ ਖਾਲਸਾਈ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਅੱਜ ਸਮਾਪਤ ਹੋ ਗਈਆਂ ਹਨ। ਖਾਲਸਾਈ ਖੇਡਾਂ ਦੇ ਸਮਾਪਤੀ ਤੇ ਇਨਾਮ ਵੰਡ ਸਮਾਰੋਹ ਦੇ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀਤੀ। ਜਾਣਕਾਰੀ ਮੁਤਾਬਿਕ ਖਾਲਸਾਈ ਖੇਡਾਂ ਦੀ ਓਵਰਆਲ ਪਹਿਲੇ ਸਥਾਨ ਦੀ ਟਰਾਫੀ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ ਹੈ ਅਤੇ ਦੂਸਰੇ ਸਥਾਨ ਦੀ ਟਰਾਫੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਓਵਰਆਲ ਲੜਕਿਆਂ ਦੀ ਟਰਾਫੀ ਬੁਢਲਾਡਾ ਕਾਲਜ ਨੇ ਅਤੇ ਦੂਸਰੇ ਸਥਾਨ ਦੀ ਟਰਾਫੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਪ੍ਰਾਪਤ ਕੀਤੀ। ਓਵਰਆਲ ਲੜਕੀਆਂ ਦੇ ਪਹਿਲੇ ਸਥਾਨ ਦੀ ਟਰਾਫੀ ਬੁਢਲਾਡਾ ਕਾਲਜ ਨੇ ਅਤੇ ਦੂਸਰੇ ਸਥਾਨ ਖਾਲਸਾ ਕਾਲਜ ਪਟਿਆਲਾ ਨੇ ਪ੍ਰਾਪਤ ਕੀਤੀ ਹੈ। ਇਨ੍ਹਾਂ ਖੇਡਾਂ ਵਿੱਚ ਬੈਸਟ ਐਥਲੀਟ ਖਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਮਨਵਿੰਦਰ ਸਿੰਘ ਅਤੇ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀ ਵਿਦਿਆਰਥਣ ਅੰਮ੍ਰਿਤ ਕੌਰ ਨੂੰ ਚੁਣਿਆ ਗਿਆ ਹੈ। ਮਾਰਚ ਪਾਸਟ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਨੇ ਪ੍ਰਾਪਤ ਕੀਤਾ ਹੈ ਅਤੇ ਦੂਸਰਾ ਸਥਾਨ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ ਹੈ। 100 ਮੀਟਰ ਰਿਲੇਅ ਰੇਸ ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਕਾਬਲੇ ਹੋਏ। ਅੰਤ ਵਿੱਚ ਕਾਲਜ ਵੱਲੋਂ ਜਥੇਦਾਰ ਅਵਤਾਰ ਸਿੰਘ ਮੱਕੜ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹ ਜਿਹੜਾ 13ਵਾਂ ਖਾਲਸਾਈ ਖੇਡ ਉਤਸਵ ਹੋਇਆ, ਇਹ ਬਹੁਤ ਕਾਮਯਾਬ ਹੋਇਆ। ਇਹਦੇ ਵਿੱਚ 35 ਕਾਲਜਾਂ 'ਚੋਂ ਤਕਰੀਬਨ 5000 ਬੱਚਿਆਂ ਨੇ ਪਾਰਟੀਸਪੇਟ ਕੀਤਾ ਔਰ ਮੈਂ ਸਮਝਦਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਗਿਣਤੀ ਵੀ ਵੱਧ ਹੈ। ਜਿਹੜੇ ਮਾਰਚ ਪਾਸਟ ਹੋਇਆ ਸੀ ਉਹ ਇੰਨਾ ਖੂਬਸੂਰਤ ਔਰ ਇੰਨਾ ਆਕਰਸ਼ਕ ਸੀ ਕਿ ਜਿਹਦਾ ਬੜਾ ਵੱਡਾ ਪ੍ਰਭਾਵ ਪਿਆ। ਬੱਚਿਆਂ ਦੀ ਬੜੀ ਜ਼ਬਰਦਸਤ ਪਰਫੋਰਮੈਂਸ ਸੀ, ਬੜੀ ਜ਼ਬਰਦਸਤ ਪ੍ਰਜੈਂਟੇਸ਼ਨ ਸੀਗੀ, ਜਿਹਨੇ ਦੁਨੀਆ ਦੇ ਖੇਤਰ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਟੀ ਵੀ 'ਤੇ ਬੈਠ ਕੇ ਵੀ ਦੇਖਿਆ ਉਹਨਾਂ ਨੇ ਵਾਹਵਾ ਭੇਜੀ ਆ। ਔਰ ਉਹ ਬੜੇ ਖੁਸ਼ ਹੋਏ ਲੋਕ ਦੇਖ ਕੇ ਕਿ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਇਹ ਖਾਲਸਾਈ ਖੇਡ ਉਤਸਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਔਰ ਨੌਜਵਾਨਾਂ ਦਾ ਇਸ ਤਰ੍ਹਾਂ ਦਾ ਜਿਹੜਾ ਉਹ ਪ੍ਰਜੈਂਟੇਸ਼ਨ ਔਰ ਪ੍ਰੋਜੈਕਸ਼ਨ ਹੈ ਸਮਾਪਤੀ ਹੋ ਗਈ ਹੈ। ਹੁਣ 14ਵਾਂ ਜਿਹੜਾ ਖਾਲਸਾਈ ਖੇਡ ਉਤਸਵ ਹੈ ਉਹ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਤਰਨ ਤਾਰਨ ਜ਼ਿਲ੍ਹੇ 'ਚ ਹੋਏਗਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਕੈਮਰਾਮੈਨ ਦਵਿੰਦਰਪਾਲ ਸਿੰਘ ਦੇ ਨਾਲ ਅੰਕੁਸ਼ ਕੁਮਾਰ, ਖਬਰ ਹਰਪਲ ਇੰਡੀਆ ਲਈ।